ਉਹ ਜੈਸਮੀਨ, ਜੇ ਮੁੰਡਾ ਸੌ ਗਿਆ ਤੇ ਆ ਜਾ ਨੀਚੇ, ਖਲਾਰਾ ਖਲੂਰਾ ਸਾਂਭ ਲਈਏ, ਕਿੰਨਾ ਪਿਆ ਹੋਇਆ ਦੇਖੋ। ਮੰਮੀ ਆ ਜਰਾ 500 ਰੁਪਏ ਦੇਈ, ਨਾ ਬਾਹਰ ਜਾ ਕੇ ਆਣਾ ਜਰਾ। ਤੂੰ ਥੱਲੇ ਬੈਠ ਜਰਾ, ਇੱਥੇ ਬੈਠ, ਮੇਰੀ ਸੁਣ ਲਾ ਗੱਲ। ਆ ਮੁੰਡਿਆਂ 'ਚ ਬਹਿਣਾ ਬੁਹਣਾ ਬੰਦ ਕਰ ਦੇ, ਤੇਰਾ ਰਿਸ਼ਤਾ ਤਾਂ ਹੀ ਸਿਰੇ ਚੜ੍ਹਨਾ। ਪਰ ਮੰਮੀ ਗੱਲ ਤਾਂ ਉਦੋਂ ਬਣਨੀ ਨਾ ਜਦੋਂ ਜੈਸਮੀਨ ਉਹਦੇ ਨਾਲ ਗੱਲ ਕਰੇਗੀ, ਇਹਨਾਂ ਨੇ ਤਾਂ ਹਜੇ ਤਾਂ ਗੱਲ ਹੀ ਨਹੀਂ ਕੀਤੀ। ਕੋਈ ਨਹੀਂ, ਲੱਗੂਗੀ ਇੱਕ ਦੋ ਦਿਨ, ਕਲਪੀ ਹੋਈ ਆਪਣੇ ਤੋਂ। ਉਹ ਮੰਮੀ ਕਲਪਨਾ ਹੀ ਆ, ਜਿਹੜੀ ਆਪਾਂ ਸਕੀਮ ਦੱਸੀ ਸੀ ਉਹ ਤਾਂ ਆਪਣੇ ਦੋਨਾਂ ਦੇ ਦਿਮਾਗ 'ਚ ਸੀ, ਉਹਦੇ ਦਿਮਾਗ 'ਚ ਥੋੜ੍ਹੀ ਸੀ। ਜੇ ਸਕੀਮ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਆਹ ਕੰਮ ਹੋਣਾ ਸੀ, ਸਾਰੇ ਕੰਮ ਆਰਾਮ ਨਾਲ ਹੀ ਹੁੰਦੇ ਨੇ। ਫਿਰ ਮੰਮੀ ਰਾਧਿਕਾ ਦੇ ਨਾਲ ਇੱਕ ਧੱਕੇ ਦੇ ਉੱਤੇ ਹੋਰ ਧੱਕਾ ਹੋਣਾ, ਬੱਚਾ ਤੈਨੂੰ ਤਾਂ ਵੀ ਨਹੀਂ ਅਸੀਂ ਦੇਣਾ। ਉਹ ਫਿਰ ਆਪੀ ਲੜੀ ਮਰੀ ਜਾਣ, ਆਪਾਂ ਤਾਂ ਆਪਣਾ ਕੰਮ ਕਢਾਈਏ ਨਾ। ਗੱਲ ਸੁਣ, ਉਹ 2 ਲੱਖ ਕਿੱਥੇ ਪਾਇਆ ਹੈ? ਮੰਮੀ ਪਤਾ ਨਹੀਂ, ਖਾਧੀ ਪੀਤੀ 'ਚ ਚੱਲ ਗਏ ਹੋਣੇ, ਖਾਤੇ 'ਚ ਤੁਹਾਡੇ ਪਏ ਹੋਣਾ 10-15 ਹਜ਼ਾਰ। ਨਾ ਤੂੰ ਤਾਂ ਬੜੇ ਸੌਖੇ ਤਰੀਕੇ ਨਾਲ ਕਹਿ ਦਿੱਤਾ ਕਿ ਪੈਸੇ ਲੱਗ ਗਏ ਨੇ, ਨਾ ਜਵਾਕ 'ਚ ਦੇਣਾ ਨਹੀਂ ਤੇ ਆਪਣੇ ਪੈਸੇ ਤਾਂ ਮੋੜਨੇ ਪੈਣੇ ਆ ਨਾ। ਮੰਮੀ ਵਾਰ ਵਾਰ ਪੈਸੇ ਕਹਿ ਕੇ ਨਾ ਐਵੇਂ ਮੇਰਾ ਦਿਮਾਗ ਨਾ ਖਰਾਬ ਕਰੋ, ਜੇ ਇੰਨੇ ਥੋੜ੍ਹਾ ਦਿਮਾਗ ਚੱਲਦਾ ਆ ਤਾਂ ਕੋਈ ਹੋਰ ਸਕੀਮ ਲਾ ਲਓ। ਚੱਲ ਆਪਾਂ ਰਿਸ਼ਤੇ ਦੀ ਗੱਲ ਤਾਂ ਛੇੜੀਏ, ਫਿਰ ਦੇਖ ਲਾਂਗੇ, ਤੇ ਰਿਸ਼ਤੇ ਕਰਾਉਣ ਨੂੰ 15-20 ਦਿਨ ਲੱਗ ਜਾਣੇ ਆ। ਉਹ ਮੰਮੀ ਉਹ ਤਾਂ ਆਪਣੇ ਜਵਾਕ ਦੇ ਵਿੱਚ ਉੱਪਰ ਬੀਜੀ ਆ, ਮੈਨੂੰ ਨਹੀਂ ਲੱਗਦਾ ਉਹ ਮੇਰਾ ਕੰਮ ਕਰਾਊਗੀ। ਪੁੱਤਰਾ ਤੂੰ ਟੈਨਸ਼ਨ ਕਾਹਦੇ ਲੈਣਾ, ਇਹ ਆਪਣਾ ਕੰਮ ਕਰਾਊਗੀ ਕਰਾਊਗੀ, ਕਿਉਂਕਿ ਜੇ ਨਹੀਂ ਕਰਾਊਗੀ ਤਾਂ ਸਾਡੇ ਕੋਲ ਤਾਂ ਇੱਕੋ ਹੀ ਧਮਕੀ ਆ, ਜਾਂ ਆਪਣਾ ਪੇਕਾ ਭੁੱਲ ਜਾ, ਅਤੇ ਕੋਈ ਵੀ ਧੀ ਆਪਣਾ ਪੇਕਾ ਨਹੀਂ ਭੁੱਲ ਸਕਦੀ। ਤੂੰ ਮਾਂ ਦੇ ਹੁੰਦੇ ਕਾਹਦੀ ਟੈਨਸ਼ਨ ਕਰਦਾ? ਤੂੰ ਚੱਜਦਾ ਹੁੰਦਾ ਨਾ, ਮੈਨੂੰ ਥਾਂ ਥਾਂ ਝੋਲੀਆਂ ਨਾ ਅੱਡਣੀਆਂ ਪੈਂਦੀਆਂ, ਤੇ ਅੱਜ ਮੇਰਾ ਆਹ ਹਾਲ ਨਾ ਹੁੰਦਾ। ਕੀ ਤੁਸੀਂ ਮੇਰੇ ਵੱਲ ਦੇਖ ਕੇ ਸੋਚੀ ਜਾਂਦੇ ਹੋ? ਪਾਣੀ ਚੱਕ ਲਓ, ਮੈਨੂੰ ਗੱਲ ਦੱਸੋ ਇੱਕ। ਮੇਰੇ ਕੱਲ੍ਹ ਭਰਾਪਰ ਜੀ ਆਈ ਆਏ ਸੀ ਅਤੇ ਉਹਨਾਂ ਨੂੰ ਰੋਟੀ ਪਾਣੀ ਖਿਲਾਉਣੀ ਸੀ, ਅਤੇ ਤੁਹਾਨੂੰ ਮੈਂ ਕਿਹਾ ਸੀ ਸਬਜ਼ੀ ਲਿਆਓ, ਅਤੇ ਤੁਸੀਂ ਮੁੜ ਕੇ ਆਏ ਨਹੀਂ ਅਤੇ ਉਹ ਪਰੇਸ਼ਾਨ ਹੋ ਕੇ ਚਲੇ ਗਏ। ਮੈਂ ਆਪਣੇ ਭਰਾ ਭਰਜਾਈ ਸਾਹਮਣੇ ਮੈਨੂੰ ਜੋ ਕੱਲ੍ਹ ਕਿਹਾ ਸੀਗਾ, ਤੈਨੂੰ ਲੱਗਦਾ ਸੀਗਾ ਕਿ ਮੈਂ ਉਹਨਾਂ ਨਾਲ ਉਸ ਤੋਂ ਬਾਅਦ ਨਜ਼ਰ ਮਿਲਾ ਸਕੂੰਗਾ? ਮੈਂ ਤਾਂ ਬਹਾਨਾ ਕਰਕੇ ਘਰੋਂ ਚਲਾ ਗਿਆ ਸੀਗਾ, ਅਤੇ ਮੇਰੀ ਇੰਨੀ ਹਿੰਮਤ ਨਹੀਂ ਸੀਗੀ ਕਿ ਉਹਨਾਂ ਨਾਲ ਬੈਠ ਕੇ ਰੋਟੀ ਖਾਂਦਾ ਫਿਰ, ਇਸ ਕਰਕੇ ਮੈਂ ਰਾਤ ਆਇਆ ਹੀ ਨਹੀਂ। ਮੈਂ ਨਾ ਤੁਹਾਡੇ ਨਾਲ ਗੱਲ ਕਰਨ ਨੂੰ ਫਿਰਦੀ ਪਈ ਸੀ, ਪਰ ਤੁਸੀਂ ਰਾਤ ਲੇਟ ਆਏ ਬਹੁਤ ਸੀਗੇ, ਤਾਂ ਸਵੇਰੇ ਉੱਠ ਕੇ ਤੁਸੀਂ ਦੁਕਾਨ 'ਤੇ ਚਲੇ ਗਏ। ਫਿਰ ਮੈਂ ਸੋਚਿਆ ਚਲ ਕੋਈ ਗੱਲ ਨਹੀਂ, ਦੁਪਹਿਰੇ ਰੋਟੀ ਖਾਣ ਵਾਲਾ ਹੀ ਹੈ, ਫਿਰ ਮੈਂ ਗੱਲ ਕਰਦੀ ਹਾਂ ਤੁਹਾਡੇ ਨਾਲ। ਦੇਖ ਰਾਧਿਕਾ, ਮੈਂ ਆਪਦੇ ਨਾਲ ਨਾਲ ਨਾ ਤੇਰੀ ਵੀ ਜ਼ਿੰਦਗੀ ਖਰਾਬ ਕੀਤੀ ਹੈ, ਅਤੇ ਮੈਂ ਤਾਂ ਹੁਣ ਰਾਤ ਦਾ ਇਹੀ ਸੋਚਿਆ ਵਾ ਵੀ ਮੇਰੀ ਤਾਂ ਜ਼ਿੰਦਗੀ ਅੱਗੇ ਦੀ ਖਰਾਬ ਹੈਗੀ ਹੈ, ਤੂੰ ਕਿਉਂ ਕਰਨੀ ਹੈ? ਤੂੰ ਐਂ ਕਰ, ਤੂੰ ਆਪਦਾ ਘਰ ਕਿਤੇ ਹੋਰ ਵਸਾ ਲਾ। ਕਿ ਤੁਸੀਂ ਆਹ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ? ਇੱਦਾਂ ਥੋੜ੍ਹੀ ਹੁੰਦਾ ਆ, ਉਹ ਤਾਂ ਮੈਂ ਜੋ ਵੀ ਬੋਲੀ ਨਾ ਗੁੱਸੇ 'ਚ ਕਹਿ ਹੋ ਗਿਆ ਮੇਰੇ ਕੋਲ, ਮੈਂ ਪਹਿਲਾਂ ਥੋੜ੍ਹੀ ਸੋਚਿਆ ਹੋਇਆ ਸੀ ਮੈਂ ਤੁਹਾਨੂੰ ਇੱਦਾਂ ਬੋਲਣਾ ਆ। ਦੇਖ ਜੋ ਕੁਛ ਵੀ ਤੂੰ ਮੈਨੂੰ ਕਿਹਾ ਉਹਦੇ ਵਿੱਚ ਤੇਰਾ ਤਾਂ ਕੋਈ ਕਸੂਰ ਹੀ ਨਹੀਂ ਹੈਗਾ, ਨਾਲੇ ਇਹ ਗੱਲ ਤਾਂ ਪਿਛਲੇ ਕਈ ਸਾਲਾਂ ਤੋਂ ਆਪਣੇ ਅੰਦਰ ਦੱਬੀ ਹੋਈ ਸੀਗੀ। ਚੱਲ ਠੀਕ ਹੈ, ਤੂੰ ਵਧੀਆ ਕਹਿ ਕੇ ਆਪਣਾ ਮਨ ਤਾਂ ਹਲਕਾ ਕਰ ਲਿਆ। ਲੈ ਜੀ, ਜੇ ਗੁੱਸੇ ਨਾਲ ਕੁਛ ਮੇਰੇ ਤੋਂ ਬੋਲ ਹੀ ਹੋ ਗਿਆ, ਤੁਸੀਂ ਮੈਨੂੰ ਮਾਫ਼ ਨਹੀਂ ਕਰੋਗੇ? ਮੈਂ ਨਾ ਤੁਹਾਡੇ ਅੱਗੇ ਹੱਥ ਜੋੜਦੀ, ਮੈਂ ਜੋ ਵੀ ਬੋਲੀ ਨਾ ਮੇਰੇ ਤੋਂ ਬਸ ਗੁੱਸੇ ਨਾਲ ਹੀ ਕਹਿ ਹੋ ਗਿਆ। ਦੇਖ ਰਾਧਿਕਾ, ਮੈਂ ਤੈਨੂੰ ਆਹ ਬੱਚੇ ਵਾਲਾ ਸੁੱਖ ਤਾਂ ਦੇ ਨਹੀਂ ਸਕਦਾ, ਪਰ ਮੈਂ ਤੈਨੂੰ ਇੱਕ ਸਲਾਹ ਦਿੰਦਾ ਵਾਂ, ਤੂੰ ਮੇਰੇ ਵੱਲੋਂ ਆਜ਼ਾਦ ਹੈ ਤਾਂ ਤੂੰ ਆਪਣੀ ਜ਼ਿੰਦਗੀ ਜਿਹਦੇ ਨਾਲ ਵੀ ਜੀਣੀ ਹੈ ਜੀ ਸਕਦੀ ਹੈ। ਲੈ ਜੀ, ਹੁਣ ਵਾਰ ਵਾਰ ਤੁਹਾਡੇ ਕੋਲੋਂ ਮਾਫ਼ੀ ਮੰਗੀ ਤਾਂ ਜਾਂਦੀ ਹਾਂ, ਜੋ ਕਿਹਾ ਗੁੱਸੇ 'ਚ ਕਿਹਾ, ਹੁਣ ਬੱਚੇ ਨਾਲ ਮੋਹ ਹੀ ਇੰਨਾ ਪੈ ਗਿਆ ਸੀ ਕਿ ਉਹਦਾ ਦੂਰ ਜਾਣਾ ਮੇਰੇ ਕੋਲ ਬਰਦਾਸ਼ਤ ਹੀ ਨਹੀਂ ਹੋਇਆ, ਅਤੇ ਪਤਾ ਹੀ ਨਹੀਂ ਲੱਗਦਾ ਪਿਆ ਸੀ ਕਿ ਮੈਂ ਕਿਸੇ ਨੂੰ ਕੀ ਕਹਿੰਦੀ ਪਈ ਹਾਂ ਅਤੇ ਕੀ ਨਹੀਂ। ਤੈਨੂੰ ਪਤਾ ਇੱਕ ਗੱਲ ਨੇ ਨਾ ਮੈਨੂੰ ਅੰਦਰੋਂ ਤੋੜ ਕੇ ਰੱਖਤਾ, ਜਦੋਂ ਬੰਦਾ ਹੀ ਨਿਕੰਮਾ ਹੋਊਗਾ ਤਾਂ ਜਨਾਨੀ ਉਹਦੇ ਨਾਲ ਕੀ ਕਰੂਗੀ? ਇਸੇ ਕਰਕੇ ਤੈਨੂੰ ਕਹੀ ਜਾਣਾ
ਤੈਂ ਮੇਰੇ ਕੰਨੇ ਯਾਦ ਆ, ਜਿੱਥੇ ਜਾਣਾ ਜਾ ਸਕਦੀ ਹਾਂ। ਜੀ ਮੈਂ ਤੁਹਾਨੂੰ ਸੱਚੀ ਕਹੀ ਜਾਂਦੀ ਹਾਂ, ਮੈਂ ਜੋ ਵੀ ਕਿਹਾ ਮੈਂ ਆਪਣੇ ਕਿਸੇ 'ਤੇ ਸ਼ਰਮਿੰਦਾ ਹਾਂ। ਤੁਸੀਂ ਕਿਉਂ ਵਾਰ ਵਾਰ ਹੁਣ ਇੱਕੋ ਹੀ ਗੱਲ 'ਤੇ ਅੜੇ ਹੋਏ ਹੋ? ਦੇਖ ਰਾਧਿਕਾ, ਤੂੰ ਆਪਣੀ ਗਲਤੀ ਮੰਨਦੀ ਪਈ ਹੈ, ਇਹ ਤੇਰੇ ਵਾਸਤੇ ਵਧੀਆ ਗੱਲ, ਪਰ ਗੱਲ ਇੱਕ ਇਹ ਵੀ ਹੈ ਨਾ, ਤੂੰ ਮੈਨੂੰ ਬੰਦ ਕਮਰੇ 'ਚ ਗੱਲ ਕਹਿੰਦੀ ਨਾ, ਮੈਂ ਚੱਲ ਜਾਣੀ ਸੀਗੀ। ਤੂੰ ਇਹ ਗੱਲ ਆਪਣੇ ਭਰਾ ਅਤੇ ਭਰਜਾਈ ਦੇ ਸਾਹਮਣੇ ਕਹੀ ਹੈ, ਹੁਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਮੈਂ ਅੱਜੂ ਅਤੇ ਰੀਆ ਨਾਲ ਅੱਗੇ ਅੱਖਾਂ ਕਿੱਦਾਂ ਮਿਲਾਊਂਗਾ? ਜੀ ਉਹਨਾਂ ਨੂੰ ਨਾ ਮੇਰੇ ਹਾਲਾਤਾਂ ਬਾਰੇ ਸਭ ਕੁਛ ਪਤਾ ਸੀ, ਤੁਸੀਂ ਬਸ ਮੈਨੂੰ ਮਾਫ਼ ਕਰ ਦਿਉ ਅਤੇ ਭੁੱਲ ਜਾਓ, ਮੈਂ ਕਦੇ ਤੁਹਾਨੂੰ ਕੁਛ ਕਿਹਾ ਸੀ, ਉਹਨਾਂ ਨੂੰ ਮੈਂ ਆਪੇ ਸਮਝਾ ਲਵਾਂਗੀ। ਚੱਲ ਠੀਕ ਹੈ ਯਾਰ, ਮਾਫ਼ ਕਰ ਦਿੰਦਾ, ਵੈਸੇ ਵੀ 6 ਸਾਲ ਤੂੰ ਮੇਰੇ ਕਰਕੇ ਇੰਨਾ ਕੁਛ ਸੁਣਿਆ, ਜੇ ਤੈਂ ਮੈਨੂੰ ਇੱਕ ਗੱਲ ਸੁਣਾਤੀ ਉਹਦੇ ਪਿੱਛੇ ਆਪਾਂ ਲਾਲੜ ਥੋੜ੍ਹੀ ਮਰ ਜਾਣਾ ਹੁਣ, ਪਰ ਇੱਕ ਗੱਲ ਦਾ ਅਫਸੋਸ ਸਾਰੀ ਜ਼ਿੰਦਗੀ ਰਹੂਗਾ ਕਿ ਮੈਂ ਆਪਦੇ ਨਾਲ ਨਾਲ ਤੈਨੂੰ ਵੀ ਬੇਔਲਾਦ ਬਣਾ ਰੱਖਿਆ, ਉਹਦੇ ਵਾਸਤੇ ਹੋ ਸਕੇ ਤਾਂ ਤੂੰ ਮੈਨੂੰ ਮਾਫ਼ ਕਰ ਦੀ। ਲੈ ਤੁਸੀਂ ਮੈਥੋਂ ਕਿਉਂ ਮਾਫ਼ੀ ਮੰਗਦੇ ਪਿਓ? ਜੇ ਅਸੀਂ ਬੇਔਲਾਦ ਹੈ ਨਾ ਦੋਨੋਂ, ਇਹਦੇ ਵਿੱਚ ਸਾਡੀ ਥੋੜ੍ਹਾ ਕੋਈ ਗਲਤੀ ਹੈ, ਉਸ ਰੱਬ ਦੀ ਗਲਤੀ, ਉਹ ਆਪਣੀ ਗਲਤੀ ਸੁਧਾਰੇ, ਅਸੀਂ ਕਿਉਂ ਸੁਧਾਰੀਏ? ਚੱਲ ਕਮਲੀਏ, ਰੱਬ ਦੀ ਗਲਤੀ ਕਿਉਂ ਕੱਢਦੀ ਹੈ, ਨਾਲੇ ਉਹ ਤਾਂ ਸਾਡੇ ਦੋਨਾਂ ਦਾ ਸਬਰ ਦੇਖਦਾ ਪਿਆ ਵੀ ਅਸੀਂ ਕਿੰਨਾ ਚਿਰ ਸਬਰ ਕਰ ਸਕਦੇ ਹਾਂ, ਪਰ ਹਾਂ ਰੱਬ ਨੂੰ ਕਦੇ ਨਹੀਂ ਭੁੱਲਣਾ, ਉਹ ਜੋ ਕਰਦਾ ਚੰਗੇ ਵਾਸਤੇ ਹੀ ਕਰਦਾ। ਕੋਈ ਨਾ ਜੀ, ਮੈਂ ਤਾਂ ਹੁਣ ਉਸ ਰੱਬ ਦਾ ਨਾ ਦਿਨ ਰਾਤ ਨਾਮ ਲੈਣਾ ਅਤੇ ਉਹਨੂੰ ਬਸ ਇਹੀ ਕਹਿਣਾ ਕਿ ਲੱਡੂ ਮੇਰਾ ਵਾਪਸ ਦੇ ਦੇ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਦੇਖ ਜੇ ਤੂੰ ਰੱਬ ਤੋਂ ਔਲਾਦ ਮੰਗਣੀ ਹੋਈ ਨਾ ਤਾਂ ਆਪਣੀ ਔਲਾਦ ਮੰਗ, ਕਿਸੇ ਦੀ ਔਲਾਦ ਲੈ ਕੇ ਆਪਾਂ ਕੀ ਕਰਨਾ, ਤੈਨੂੰ ਇੰਨਾ ਪਤਾ ਲੱਡੂ ਦਾ, ਆਰਵ ਦਾ, ਜੈਸਿਨ ਭਾਬੀ ਦਾ, ਉੱਧਰ ਜਾਣ ਤੋਂ ਬਾਅਦ ਆਸ਼ੀਸ਼ ਭਾਈ ਦਾ ਕੀ ਹਾਲ ਹੋਇਆ ਬੈਠਾ। ਦੇਖ ਜੇ ਰੱਬ ਤੋਂ ਮੰਗਣੀ ਨਾ ਆਪਣੀ ਔਲਾਦ ਮੰਗ, ਲੱਡੂ ਨੂੰ ਨਾ ਹੁਣ ਸਾਨੂੰ ਭੁੱਲਣਾ ਹੀ ਪੈਣਾ। ਲੈ ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ? ਲੱਡੂ ਦਾ ਮੋਹ ਨਾ ਮੇਰੇ ਤਾਂ ਰੋਮ ਰੋਮ ਵਿੱਚ ਵੱਸਦਾ, ਉਹਦੇ ਸਾਰੇ ਖਿਡੌਣੇ ਮੈਂ ਰੋਜ਼ ਧੋ ਕੇ ਸਾਫ਼ ਕਰਦੀ ਹਾਂ, ਅੱਜ ਨਹੀਂ ਤਾਂ ਕੱਲ੍ਹ ਲੱਡੂ ਮੈਨੂੰ ਪਤਾ ਮੇਰੇ ਕੋਲ ਵਾਪਸ ਜ਼ਰੂਰ ਆਊਗਾ। ਦੇਖ ਰਾਧਿਕਾ, ਮੈਂ ਹੁਣ ਤੈਨੂੰ ਝੂਠੀਆਂ ਤਸੱਲੀਆਂ ਨਹੀਂ ਦੇ ਸਕਦਾ, ਤੇਰੀ ਝੋਲੀ ਭਰਨ ਵਾਸਤੇ ਹੁਣ ਮੈਂ ਆਪਣੇ ਭਰਾ ਭਰਜਾਈ ਦਾ ਘਰ ਦਾਤ ਨਹੀਂ ਲਾ ਸਕਦਾ, ਮੈਂ ਤਾਂ ਤੈਨੂੰ ਇਹੀ ਕਹੂੰਗਾ ਤੂੰ ਇਸ ਸੱਚਾਈ ਤੋਂ ਜਲਦੀ ਜਾਣੂ ਹੋ ਜਾਵੇਂ ਅਤੇ ਕਬੂਲ ਕਰ ਲਵੇਂ ਕਿ ਹੁਣ ਲੱਡੂ ਤੇਰੇ ਕੋਲ ਵਾਪਸ ਕਦੇ ਨਹੀਂ ਆਊਗਾ। ਜੈਸਮੀਨ ਹੁਣ ਕੀ ਸੋਚੀ ਜਾਂਦੀ ਆ, ਹਫ਼ਤਾ ਹੋ ਗਿਆ ਤੈਨੂੰ ਆਈ ਨੂੰ, ਹਫ਼ਤੇ ਤੋਂ ਵੀ ਵੱਧ ਹੋ ਗਿਆ ਆ, ਤੂੰ ਰਾਧਿਕਾ ਨੂੰ ਹੁਣ ਫੋਨ ਕਰ। ਮੰਮੀ ਮੇਰਾ ਨਹੀਂ ਦਿਲ ਕਰਦਾ ਪਿਆ ਇਹਦਾ ਰਿਸ਼ਤਾ ਕਰਵਾਉਣ ਨੂੰ, ਜਿਹੜਾ ਜਵਾਕ ਦਾ 2 ਲੱਖ ਰੁਪਇਆ ਖਾ ਗਿਆ ਉਹ ਵਿਆਹ ਦੇ ਲਾਇਕ ਹੈਗਾ? ਉਹ ਭੈਣੇ ਮੈਂ ਰਾਤ ਮੰਮੀ ਨਾਲ ਗੱਲ ਕਰਕੇ ਹਟਿਆ, ਜਦੋਂ ਮੇਰਾ ਵਿਆਹ ਹੋ ਗਿਆ ਮੈਂ ਸਭ ਕੁਛ ਛੱਡ ਦੇਣਾ। ਬੰਦਾ ਸ਼ਰਾਬ ਪੀਂਦਾ ਹੋਵੇ ਨਾ ਸ਼ਰਾਬ ਛੱਡੀ ਵੀ ਜਾ ਸਕਦੀ ਹੈ, ਤੂੰ ਤਾਂ ਨਸ਼ੇ ਉਹੋ ਜਿਹੇ ਕਰਦਾ ਜਿਹੜੇ ਛੱਡ ਹੀ ਨਹੀਂ ਸਕਦਾ ਤੂੰ। ਮੰਮੀ ਤੁਸੀਂ ਵੀ ਕਰੋ ਇਹਦੇ ਨਾਲ ਗੱਲ, ਜਿਸ ਹਿਸਾਬ ਨਾਲ ਇਹ ਗੱਲ ਕਰ ਰਹੀ ਹੈ ਮੈਨੂੰ ਨਹੀਂ ਲੱਗਦਾ ਮੇਰੀ ਗੱਲ ਅੱਗੇ ਵਧੇਗੀ। ਜਾਂ ਚੱਲ ਛੱਡ ਜੈਸਮੀਨ, ਇਹਦੇ ਨਸ਼ਾ ਛੜਾਉਣ ਦੀ ਜ਼ਿੰਮੇਵਾਰੀ ਮੇਰੀ, ਤੂੰ ਇੱਕ ਵਾਰੀ ਰਾਧਿਕਾ ਨੂੰ ਫੋਨ ਤਾਂ ਕਰ। ਕੋਈ ਨਾ ਮੰਮੀ, ਗੱਲ ਤਾਂ ਮੈਂ ਕਰ ਦਿੰਦੀ ਹਾਂ, ਕੀ ਪਤਾ ਰਿਸ਼ਤਾ ਵੀ ਹੋ ਜਾਵੇ, ਪਰ ਇੱਕ ਗੱਲ ਮੇਰੀ ਸੁਣ ਲਓ, ਮੈਂ ਆਪਣਾ ਮੁੰਡਾ ਨਹੀਂ ਦੇਣਾ ਉਹਨੂੰ। ਹਾਂ ਹਾਂ ਤੂੰ ਇੱਕ ਵਾਰ ਪਹਿਲਾਂ ਮੇਰਾ ਰਿਸ਼ਤਾ ਤਾਂ ਕਰਾ, ਜੇ ਗੱਲ ਪੱਕੀ ਹੋ ਗਈ ਤੂੰ ਨਾ ਦੇ ਮੁੰਡਾ ਆਪਣਾ। ਲੈ ਫੜ ਫਿਰ ਲੱਡੂ ਨੂੰ, ਮੈਂ ਲਾਵਾਂ ਫੋਨ। ਆ ਦੇਖਿਓ ਮੈਨੂੰ ਨਾ ਜੈਸਮੀਨ ਦੇ ਫੋਨ ਲਾਈ ਜਾਂਦੇ, ਕਿੱਦਾਂ ਕਰਾਂ, ਗੱਲ ਕਰਾਂ ਕਿ ਨਾ? ਮੈਂ ਕਰਦਾ ਗੱਲ। ਹੈਲੋ, ਹਾਂਜੀ ਜੈਸਮੀਨ ਭਾਬੀ। ਪਵਨ
ਮੈਂ ਨਾ ਰਾਧਿਕਾ ਦੇ ਫੋਨ ਤੇ ਫੋਨ ਲਾਇਆ, ਮੈਨੂੰ ਕੰਮ ਰਾਧਿਕਾ ਨਾਲ ਲੈ ਤੇ ਉਹਨੂੰ ਫੋਨ ਦੇ। ਮੈਂ ਕੀ ਗੱਲ ਭਾਬੀ, ਰਾਧਿਕਾ ਨੂੰ ਪਹਿਲਾਂ ਐਡਾ ਵੱਡਾ ਦੁੱਖ ਦਿੱਤਾ, ਉਹ ਦੇ ਕੇ ਤੁਹਾਡਾ ਮਨ ਨਹੀਂ ਭਰਿਆ, ਜਿਹੜਾ ਅੱਜ ਨਵਾਂ ਦੁੱਖ ਦੇਣ ਨੂੰ ਫੋਨ ਕਰ ਲਿਆ। ਉਹ ਭਰਾਵਾ ਮੇਰੇ ਨਾਲ ਜ਼ਿਆਦਾ ਮੱਥਾ ਨਾ ਮਾਰ, ਜਿਹੜਾ ਕੰਮ ਤੈਨੂੰ ਕਿਹਾ ਉਹ ਕਰ, ਮੇਰੀ ਰਾਧਿਕਾ ਨਾਲ ਗੱਲ ਕਰਾ। ਉਹ ਭਾਬੀ ਹੈਲੋ। ਹਾਂਜੀ ਜੈਸਮੀਨ ਦੀਦੀ, ਤੁਸੀਂ ਮੈਨੂੰ ਤਾਂ ਹੀ ਫੋਨ ਕੀਤਾ ਸੀਗਾ ਨਾ, ਤੁਸੀਂ ਮੈਨੂੰ ਲੱਡੂ ਨੂੰ ਵਾਪਸ ਦੇਣ ਆਇਆ। ਰਾਧਿਕਾ ਤੈਨੂੰ ਮੈਂ ਮੁੰਡਾ ਤਾਂ ਦੇ ਦੇਵਾਂਗੀ, ਪਰ ਤੈਨੂੰ ਨਾ ਮੇਰੀ ਇੱਕ ਸ਼ਰਤ ਮੰਨਣੀ ਪੈਣੀ ਹੈ, ਮਨਜ਼ੂਰ ਹੈ? ਹਾਂਜੀ ਹਾਂਜੀ ਦੀਦੀ, ਤੁਸੀਂ ਨਾ ਮੈਨੂੰ ਸ਼ਰਤ ਦੱਸੋ, ਮੈਂ ਲੱਡੂ ਕਰਕੇ ਨਾ ਹਰੇਕ ਸ਼ਰਤ ਮੰਨਣ ਨੂੰ ਤਿਆਰ ਹਾਂ। ਨਾ ਤੂੰ ਕਮਲੀ ਹੋਈ ਹੈ, ਨਾ ਆਪਾਂ ਹੁਣ ਲੱਡੂ ਲੈਣ ਦੇ ਚੱਕਰ 'ਚ ਇਹਨਾਂ ਦੀਆਂ ਸ਼ਰਤਾਂ ਮੰਨਾਂਗੇ। ਤੁਸੀਂ ਛੱਡੋ, ਮੈਂ ਨਾ ਲੱਡੂ ਵਾਸਤੇ ਜਾਨ ਦੇਣ ਨੂੰ ਤਿਆਰ ਹਾਂ, ਆ ਸ਼ਰਤ ਕੀ ਚੀਜ਼ ਆ? ਤੁਸੀਂ ਚੁੱਪ ਕਰ ਦਿਓ। ਜੈਸਮੀਨ ਦੀਦੀ, ਤੁਸੀਂ ਸ਼ਰਤ ਦੱਸੋ ਕੀ ਹੈ? ਤੁਸੀਂ ਦੋਨੋਂ ਮੀਆਂ ਬੀਬੀ ਨਾ ਆਪ ਦੀਆਂ ਸਲਾਹਾਂ ਬਾਅਦ 'ਚ ਕਰੀ ਜਾਇਓ, ਜਿਹੜੇ ਕੰਮ ਵਾਸਤੇ ਮੈਂ ਫੋਨ ਕੀਤਾ ਪਹਿਲੇ ਮੇਰੀ ਗੱਲ ਸੁਣ। ਹਾਂ ਹਾਂ ਦੀਦੀ, ਮੈਂ ਸੁਣਦੀ ਪਈ ਹਾਂ ਧਿਆਨ ਨਾਲ, ਤੁਸੀਂ ਮੈਨੂੰ ਸ਼ਰਤ ਦੱਸੋ ਕੀ ਹੈ? ਰਾਧਿਕਾ ਜੇ ਤੂੰ ਮੁੰਡਾ ਵਾਪਸ ਲੈਣਾ ਹੈ ਤਾਂ ਮੇਰੀ ਗੱਲ ਧਿਆਨ ਨਾਲ ਸੁਣ, ਤੇਰੀ ਰਿਸ਼ਤੇਦਾਰੀ 'ਚ ਤੇਰੀ ਮਾਸੀ ਦੀ ਕੁੜੀ ਪ੍ਰਿਆ ਹੈ ਜੋ ਕਿ ਮੇਰੇ ਭਰਾ ਨੂੰ ਪਸੰਦ ਹੈ, ਇਹਨਾਂ ਦੋਨਾਂ ਦਾ ਰਿਸ਼ਤਾ ਕਰਵਾ ਦੇ। ਦੀਦੀ ਤੁਸੀਂ ਆਹ ਕੀ ਗੱਲ ਕਰਦੇ ਪਏ ਹੋ? ਜੇ ਤੁਸੀਂ ਉਸੇ ਕੁੜੀ ਨਾਲ ਰਿਸ਼ਤਾ ਕਰਨਾ ਜਾ ਕੇ ਉਹਦੇ ਨਾਲ ਆਪ ਗੱਲ ਕਰਕੇ ਆਓ, ਮੈਨੂੰ ਵਿੱਚ ਕਿਉਂ ਪਾਉਂਦੇ ਪਏ ਹੋ? ਰਾਧਿਕਾ ਜੇ ਤੂੰ ਮੁੰਡਾ ਲੈਣਾ ਨਾ ਤੈਨੂੰ, ਰਾਧਿਕਾ ਤੂੰ ਮੇਰੇ ਮੁੰਡੇ ਦੀ ਮਚੋਲਣ ਬਣ ਜਾ ਤੇ ਲੱਡੂ ਲੈ ਜਾ। ਅਗਲੇ ਨੂੰ ਨਾ ਜ਼ਿਆਦਾ ਬੁਝਾਰਤਾਂ ਨਹੀਂ ਪਾਈ ਦੀਆਂ, ਉਹਨੂੰ ਆਪਣੀ ਲੋੜ ਦੱਸਤੀ ਨਾ ਤੇ ਆਪੇ ਲੱਗੀ ਰਹੂਗੀ। ਹੁਣ ਲੈ ਜੀ ਆਹ ਕੀ ਗੱਲ ਬਣੀ? ਜੈਸਮੀਨ ਦੀਦੀ ਕਹਿੰਦੇ ਤੈਨੂੰ ਨਾ ਮੈਂ ਲੱਡੂ ਤਾਂ ਵਾਪਸ ਦੇਣਾ, ਤੂੰ ਪਹਿਲਾਂ ਆਪਣੀ ਮਾਸੀ ਦੀ ਕੁੜੀ ਪ੍ਰਿਆ ਦੇ ਨਾਲ ਮੇਰੇ ਭਰਾ ਦਾ ਰਿਸ਼ਤਾ ਕਰਵਾ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਨਾ ਭਾਬੀ ਜੀ ਆਪਣੇ ਪੇਕੇ ਗਈ ਹੈ ਨਾ, ਕੁਛ ਸੋਚ ਕੇ ਗਈ ਹੈ, ਜਿਵੇਂ ਭਾਬੀ ਦੀ ਮਾਂ ਅਤੇ ਭਾਬੀ ਦਾ ਭਰਾ ਉਹਨਾਂ ਨੂੰ ਕਹੀ ਜਾਂਦਾ, ਭਾਬੀ ਉਵੇਂ ਉਵੇਂ ਕਰੀ ਜਾਂਦੀ ਹੈ, ਨਾਲੇ ਆਪ ਦੀ ਜ਼ਿੰਦਗੀ ਖਰਾਬ, ਨਾਲੇ ਬੱਚਿਆਂ ਦੀ, ਨਾਲੇ ਸਾਡੀ। ਪਰ ਜੇ ਆਪਾਂ ਰਿਸ਼ਤਾ ਕਰਾ ਹੀ ਦਈਏ ਤਾਂ ਫਿਰ ਕਿਹੜੀ ਗੱਲ ਹੈ? ਉਹ ਕਮਲੀਏ ਭਾਬੀ ਦਾ ਭਰਾ ਨਾ ਸਿਰੇ ਦਾ ਨਸ਼ੇੜੀ ਬੰਦਾ, ਦਿਨ ਰਾਤ ਸ਼ਰਾਬਾਂ ਪੀਂਦਾ ਰਹਿੰਦਾ, ਜੂਆ ਖੇਡਦਾ, ਕੰਮ ਕਾਰ ਕੋਈ ਕਰਦਾ ਨਹੀਂ, ਉੱਥੇ ਕੁੜੀ ਦੇ ਕੇ ਆਪਾਂ ਫਸਣਾ? ਐਵੇਂ ਸਾਰੀ ਜ਼ਿੰਦਗੀ ਮਾਸੀ ਤੇਰੀ ਤੈਨੂੰ ਲਾਂਭਾ ਦਿੰਦੀ ਰਹੇਗੀ, ਆਪਣੀ ਮਾਂ ਦੀਆਂ ਗੱਲਾਂ ਤੂੰ ਆਪ ਸੁਣੇਗੀ? ਤੂੰ ਇੱਦਾਂ ਕਰ, ਘਬਰਾਉਣਾ, ਆਪਾਂ ਥੱਲੇ ਮੰਮੀ ਨਾਲ ਜਾ ਕੇ ਸਲਾਹ ਕਰਦੇ ਹਾਂ, ਆ ਜਾ। ਕੋਈ ਗੱਲ ਨਹੀਂ, ਮੈਂ ਕਰਦਾ ਮੰਮੀ ਨਾਲ ਗੱਲ, ਫਿਰ ਦੱਸਦਾ ਕਿੱਦਾਂ ਕਰਨੀ ਆ। ਇਹ 10 ਮਿੰਟ ਹੋ ਗਏ ਫੋਨ ਤੇ ਗੱਲ ਕਰੀ ਜਾਂਦਾ, ਕੋਈ ਦੱਸਦਾ ਹੀ ਨਹੀਂ। ਕੱਲ ਤਾਂ ਆਪਣੀ ਭੈਣ ਘਰੋਂ ਆਇਆ, ਅੱਜੋ ਫੋਨ ਕੱਟ ਕੇ ਅੰਦਰ ਆ ਜਰਾ। ਓਹੋ ਮੰਮੀ, ਭੈਣ ਦਾ ਫੋਨ ਸੀਗਾ, ਭੈਣ ਦਾ ਫੋਨ ਕਿੱਦਾਂ ਇਗਨੋਰ ਕਰ ਦਿੰਦਾ? ਉਹ ਕਹਿੰਦੇ ਸਾਰਾ ਕੁਝ ਠੀਕ ਆ, ਨਾਲੇ ਮੈਂ ਵੀ ਹੁਣ ਸਹੀ ਆ। ਉਹ ਤਾਂ ਮੈਨੂੰ ਪਤਾ ਹੀ ਸੀ ਤੇਰੇ ਤੇ ਰੀਆ ਦੇ ਜਾਨ ਨਾਲ ਹੀ ਉਹਨੇ ਠੀਕ ਹੋਣਾ ਸੀ, ਮੈਂ ਤਾਂ ਇੰਨਾ ਸਮਝਾ ਕੇ ਆਈ ਆ, ਉਹਦੇ ਕੰਨ ਤੇ ਤਾਂ ਜੂ ਨਹੀਂ ਸਰਕੀ। ਰਾਤੀ ਦੀਦੀ ਨੂੰ ਨਾ ਨਾਲੇ ਮੈਂ ਸਮਝਾ ਕੇ ਆਇਆ, ਨਾਲੇ ਝਾੜ ਕੇ ਵੀ ਆਇਆ, ਕਿਉਂਕਿ ਦੀਦੀ ਨੇ ਜੋ ਜੀਜਾ ਜੀ ਨੂੰ ਕਿਹਾ ਨਾ ਉਹ ਗੱਲ ਗਲਤ ਸੀਗੀ, ਫਿਰ ਮੈਂ ਚੰਗੀ ਤਰ੍ਹਾਂ ਬਹਿ ਕੇ ਸਮਝਾਇਆ ਉਹਨਾਂ ਨੂੰ। ਹਾਂ ਮੈਨੂੰ ਰੀਆ ਵੀ ਦੱਸਦੇ ਸੀ ਵੀ ਰਾਧਿਕਾ ਨੇ ਨਾ ਜੀਜਾ ਜੀ ਨੂੰ ਗਲਤ ਕਿਹਾ। ਓਏ ਕੀ ਕਿਹਾ ਉਹਨੇ ਉਹਨੂੰ? ਓਹੋ ਮੰਮੀ, ਦੀਦੀ ਨੇ ਜਜ਼ਬਾਤੀ ਜਿਹਾ ਹੋ ਕੇ ਨਾ ਜੀਜੇ ਨੂੰ ਕਹਿਤਾ ਕਿ ਜੇ ਤੂੰ ਸਹੀ ਹੁੰਦਾ ਨਾ ਮੈਨੂੰ ਦਰ ਦਰ ਤੇ ਝੋਲੀਆਂ ਨਾ ਅੱਡਣੀਆਂ ਪੈਂਦੀਆਂ। ਹੈ ਪਾਗਲ ਕੁੜੀ, ਜਿਹੜਾ ਮੁੰਡਾ ਇਹਦੇ ਕਰਕੇ ਆਪਣੇ ਘਰਦਿਆਂ ਨਾਲ ਲੜਨ ਨੂੰ ਤਿਆਰ ਹੈ, ਇਹ ਉਹਨੂੰ ਇਹੋ ਜਿਹੀ ਗੱਲ ਸੁਣਾਉਂਦੀ ਪਈ ਹੈ? ਚਲੋ ਮੰਮੀ ਤੁਸੀਂ ਟੈਨਸ਼ਨ ਨਾ ਲਵੋ, ਮੈਂ ਤਾਂ ਦੀਦੀ ਨੂੰ ਸਮਝਾਤਾ ਹੋਇਆ ਵਾ, ਨਾਲੇ ਜਿਹੜੀ ਗੱਲ ਦੀਦੀ ਨੇ ਜੀਜਾ ਜੀ ਨੂੰ ਕਹੀ ਸੀ ਨਾ ਇਹਨਾਂ ਦੋਨਾਂ ਦਾ ਆਪਸੀ ਸੋਟ ਵੀ ਹੋ ਗਿਆ ਹੁਣ। ਨਹੀਂ ਜਦੋਂ ਇਹਨੇ ਉਹਨੂੰ ਇਹ ਗੱਲ ਕਹੀ ਹੈ ਤੇ ਜਵਾਈ ਭਾਈ ਨੇ ਉਹਨੂੰ ਫਿਰ ਕੁਛ ਨਹੀਂ ਕਿਹਾ? ਜੀਜਾ ਜੀ ਦਾ ਮੂੰਹ ਦੇਖਣ ਵਾਲਾ ਸੀਗਾ, ਦੀਦੀ ਨੇ ਰੀਆ ਤੇ ਮੇਰੇ ਸਾਹਮਣੇ ਗੱਲ ਕਹਿਤੀ ਉਹਨਾਂ ਨੂੰ, ਉਹਨਾਂ ਨੇ ਤਾਂ ਸਾਡੇ ਸਾਹਮਣੇ ਮੂੰਹ ਹੀ ਨਹੀਂ ਉੱਪਰ ਚੱਕਿਆ। ਫਿਰ
ਮੈਂ ਦੀਦੀ ਨੂੰ ਕਹਿ ਕੇ ਆਇਆ ਸੀ ਕਿ ਜੀਜਾ ਜੀ ਕੋ ਮਾਫ਼ੀ ਮੰਗਿਓ। ਹੁਣ ਲੱਗਦਾ ਮਾਫ਼ੀ ਮੰਗ ਕੇ ਸਾਰਾ ਕੁਛ ਸੋਰਟ ਆਊਟ ਹੋ ਗਿਆ, ਤਾਂ ਹੀ ਮੈਨੂੰ ਫੋਨ ਆਇਆ ਉਹਨਾਂ ਦਾ। ਚੱਲ ਸ਼ੁਕਰ ਹੈ ਪਰਮਾਤਮਾ ਦਾ, ਇਹ ਮੀਆਂ ਬੀਬੀ ਨਾ ਆਪਸ ਨਹੀਂ ਲੜਨੇ ਚਾਹੀਦੇ, ਬਾਕੀ ਤਾਂ ਹੋਰ 100 ਰੋਲੇ ਚੱਲਦੇ ਰਹਿੰਦੇ ਆ ਘਰ 'ਚ। ਉਹ 100 ਰੋਲੇ ਤਾਂ ਠੀਕ ਆ ਮੰਮੀ, ਇੱਕ ਰੋਲਾ ਹੋਰ ਆ ਗਿਆ ਦੀਦੀ ਦੀ ਜ਼ਿੰਦਗੀ 'ਚ, ਮੈਨੂੰ ਨਹੀਂ ਲੱਗਦਾ ਇਹ ਰੋਲਾ ਉਹਨੂੰ ਜਲਦੀ ਨਿਬੜੂਗਾ। ਕੀ ਕਰਾਂ ਮੈਂ ਇਸ ਕੁੜੀ ਦਾ, ਕੋਈ ਨਾ ਕੋਈ ਨਜ਼ਰ ਨਾ ਮੇਰੀ ਧੀ ਨੂੰ ਲੱਗੀ ਰਹਿੰਦੀ ਹੈ, ਹੁਣ ਕੀ ਰੋਲਾ ਪੈ ਗਿਆ। ਮੈਂ ਤਾਂ ਦੀਦੀ ਨੂੰ ਤਾਂ ਫੋਨ ਕੀਤਾ ਸੀ ਕਿ ਤੁਸੀਂ ਜੀਜਾ ਜੀ ਕੋਲ ਮਾਫ਼ੀ ਮੰਗ ਲਈ, ਅੱਗੋਂ ਉਹਨਾਂ ਨੇ ਮੈਨੂੰ ਗੱਲ ਹੀ ਇਹੋ ਜਿਹੀ ਦੱਸਤੀ, ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਸੁਣ ਕੇ। ਇਹੋ ਜਿਹਾ ਕੀ ਉਹਨੇ ਦੱਸਤਾ ਤੈਨੂੰ ਜਿਹੜਾ ਤੇਰਾ ਦਿਮਾਗ ਖਰਾਬ ਹੋ ਗਿਆ? ਜੈਸਮੀਨ, ਜਿਹੜਾ ਲੱਡੂ ਚੱਕ ਕੇ ਇੱਕੋਦਮ ਆਪਣੇ ਪੇਕੇ ਚਲੇ ਗਈ ਨਾ, ਹੁਣ ਸਮਝ ਆਇਆ ਇਹ ਮਾਵਾਂ ਧੀਆਂ ਕੀ ਚਾਲ ਖੇਲਦੀਆਂ ਪਈਆਂ ਸੀਗੀਆਂ। ਪੱਕਾ ਇਹਨਾਂ ਮਾਵਾਂ ਧੀਆਂ ਨੇ ਨਾ ਮੇਰੀ ਧੀ ਦੀ ਜ਼ਿੰਦਗੀ 'ਚ ਨਾ ਕੋਈ ਹੋਰ ਰੌਲਾ ਪਾਤਾ ਹੋਣਾ। ਹੁਣ ਜੈਸਮੀਨ ਨੇ ਨਾ ਹੁਣ ਇੱਕ ਸ਼ਰਤ ਰੱਖਤੀ, ਕਹਿੰਦੀ ਪਹਿਲਾਂ ਮੇਰੇ ਭਰਾ ਦਾ ਰਿਸ਼ਤਾ ਕਰਾ। ਨਾਲੇ ਰਿਸ਼ਤਾ ਪਤਾ ਕਿੱਥੇ ਮੰਗਦੇ ਪਏ ਨੇ? ਆਪਣੀ ਜਲੰਧਰ ਵਾਲੀ ਮਾਸੀ ਨੀ, ਉਹਦੀ ਕੁੜੀ ਪ੍ਰੀਆ ਦਾ। ਉਹ ਪ੍ਰੀਆ ਦਾ? ਉਹ ਕੁੜੀ ਕਿੱਥੇ ਤੇ ਉਹ ਸ਼ਰਾਬੀ ਕਬਾਬੀ ਕਿੱਥੇ? ਇਹੀ ਗੱਲ ਦਾ ਤਾਂ ਮੰਮੀ ਦੁੱਖ ਲੱਗੀ ਜਾਂਦਾ, ਉਹ ਸ਼ਰਾਬੀ ਕਬਾਬੀ ਦੇ ਵਿਆਹ ਕਰਕੇ ਮੇਰੀ ਭੈਣ ਦੀ ਝੋਲੀ ਖਾਲੀ ਕਰਤੀ। ਤੇਰੀ ਮਾਸੀ ਤਾਂ 1 ਸਾਲ ਪਹਿਲੇ ਆਈ ਸੀ ਸਾਡੇ ਘਰ, ਇਹਨੇ ਕਿੱਥੇ ਪ੍ਰੀਆ ਨੂੰ ਦੇਖ ਲਿਆ? ਨਾਲੇ ਉਹਨੂੰ ਕਿੱਦਾਂ ਪਤਾ ਚੱਲ ਗਿਆ? ਉਹ ਮੰਮੀ ਗਲਤੀ ਤਾਂ ਮੇਰੀ ਆ, ਤੁਸੀਂ ਮੇਰੇ ਅਸਮਾਨ ਭੇਜਿਆ ਸੀਗਾ ਨਾ ਮਾਸੀ ਨੂੰ ਦੇਣ ਵਾਸਤੇ, ਮੈਂ ਸੋਚਿਆ ਮੈਂ ਇਕੱਲਾ ਕਿੱਥੇ ਜਾਊਂਗਾ, ਮੈਂ ਬੁੱਜੜ ਜੇ ਨੂੰ ਨਾਲ ਲੈ ਗਿਆ, ਉਦੋਂ ਦੀ ਅੱਖ ਰੱਖੀ ਬੈਠਾ। ਪੁੱਤ ਮੈਂ ਸੁਣਿਆ ਸੀ ਵੀ ਦੁਨੀਆ ਨਾ ਮਤਲਬ ਖੋਰ ਹੈ, ਪਰ ਹੁਣ ਮੈਂ ਨਾ ਦੇਖ ਵੀ ਲਿਆ, ਇੱਥੇ ਨਾ ਬੰਦਾ ਉਦੋਂ ਤੱਕ ਬੰਦੇ ਨਾਲ ਖੜਦਾ ਜਦੋਂ ਤੱਕ ਉਹਨੂੰ ਮਤਲਬ ਹੈ, ਜਿੱਦਾਂ ਕਿ ਜੈਸਮੀਨ ਨੇ ਕੀਤਾ। ਮੰਮੀ ਹੁਣ ਆਪਾਂ ਕੀ ਕਰੀਏ, ਆਪਣੀ ਭੈਣ ਦੀ ਝੋਲੀ ਭਰਨ ਕਰਕੇ ਉਹ ਸ਼ਰਾਬੀ ਦੇ ਪੱਲੇ ਹੁਣ ਪ੍ਰੀਆ ਨੂੰ ਕਿੱਦਾਂ ਬੰਨਦੀ ਹੈ? ਕੋਈ ਨੀ, ਜੇ ਇਹ ਸਕੀਮਾਂ ਲਾ ਸਕਦੇ ਨਾ ਤਾਂ ਸਕੀਮਾਂ ਸਾਨੂੰ ਵੀ ਲਾਣੀਆਂ ਆਉਂਦੀਆਂ। ਜਦੋਂ ਆਪਾਂ ਮਾਸੀ ਨੂੰ ਤੇ ਪ੍ਰੀਆ ਨੂੰ ਇੱਥੇ ਬੁਲਾਵਾਂਗੇ ਨਾ, ਆਪਾਂ ਉਹਨਾਂ ਨੂੰ ਪਹਿਲੇ ਸਮਝਾ ਦਾਂਗੇ, ਜਦੋਂ ਮੁੰਡੇ ਵਾਲੇ ਆਣਗੇ ਨਾ ਤੂੰ ਪਹਿਲੇ ਹੀ ਕਹਿ ਦੀ ਮੈਨੂੰ ਤਾਂ ਮੁੰਡਾ ਪਸੰਦ ਹੀ ਨਹੀਂ ਹੈਗਾ, ਫੇਰ ਕੀ ਕਰ ਸਕੂਗਾ? ਆਹੋ ਮੰਮੀ ਮੈਂ ਵੀ ਗੱਲ ਨਾਲ ਹੀ ਕਹਿ ਦੇਣੀ ਆ ਕਿ ਰਿਸ਼ਤਾ ਹੋਵੇ ਨਾ ਹੋਵੇ ਤੁਸੀਂ ਸਾਨੂੰ ਮੁੰਡਾ ਦਊਂਗੇ ਨਾ। ਜੇ ਇਹ ਰਿਸ਼ਤਾ ਨਾ ਹੋਇਆ ਤਾਂ ਉਹਨਾਂ ਨੇ ਨਾ ਰਾਧਿਕਾ ਨੂੰ ਲੱਡੂ ਨਹੀਂ ਦੇਣਾ, ਪਰ ਲੱਡੂ ਦੀ ਖਾਤਰ ਨਾ ਮੈਂ ਆਪਣੀ ਧੀ ਨੂੰ ਸਮਝਾ ਲਊਂਗੀ ਕਿ ਤੂੰ ਨਾ ਕੌੜਾ ਘੁੱਟ ਭਰ ਲਾ, ਆਪਾਂ ਕਿਸੇ ਦੀ ਧੀ ਦੀ ਨਾ ਜ਼ਿੰਦਗੀ ਨਹੀਂ ਖਰਾਬ ਕਰਨੀ। ਠੀਕ ਆ ਮੰਮੀ, ਜਿੱਦਾਂ ਵੀ ਆ, ਮੈਂ ਆਇਆ ਮੜਾ ਬਿਆਰ ਜਗੇ, ਮੈਨੂੰ ਨਾ ਥੋੜਾ ਕੰਮ ਆ। ਪਰ ਰੀਆ ਸਵੇਰ ਦੀ ਕਿੱਥੇ ਆ? ਰੀਆ ਨਾ ਆਪਣੀ ਮੰਮੀ ਘਰੇ ਗਈ ਆ, ਉਹਨਾਂ ਨੂੰ 2-4 ਕੰਮ ਸੀਗੇ, ਨਾਲੇ ਕਹਿੰਦੀ ਮੈਂ ਬਾਜ਼ਾਰ ਵੀ ਜਾਣਾ ਵਾ, ਕਿ ਅੱਜ ਦੀ ਰਾਤ ਮੈਂ ਇੱਧਰ ਹੀ ਰਹੂੰਗੀ, ਸਵੇਰੇ ਆ ਜਾਊਂਗੀ। ਚਲੋ ਮੈਨੂੰ ਤਾਂ ਇਹ ਸੁਣ ਕੇ ਨਾ ਬਹੁਤ ਖੁਸ਼ੀ ਹੈ ਵੀ ਰੀਆ ਨਾ ਹੁਣ ਆਪਣੇ ਪਰਿਵਾਰ ਨੂੰ ਸਾਂਭਣ ਲੱਗ ਗਈ ਆ। ਪਰਿਵਾਰ ਦੇ ਨਾਲ ਨਾਲ ਨਾ ਮੰਮੀ ਜਿੱਦਾਂ ਉਹਨੇ ਮੇਰੀ ਭੈਣ ਨੂੰ ਸਾਂਭਿਆ, ਮੈਨੂੰ ਤਾਂ ਉਹ ਦੇਖ ਕੇ ਬੜੀ ਖੁਸ਼ੀ ਹੋਈ। ਬਸ ਇਦਾਂ ਹੀ ਆਪਣੇ ਪਰਿਵਾਰ 'ਚ ਨਾ ਖੁਸ਼ੀਆਂ ਬਣਿਆ ਰਹਿਣ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਆਪਣੇ ਪਰਿਵਾਰ ਦੀਆਂ ਖੁਸ਼ੀਆਂ ਉਦੋਂ ਤੱਕ ਅਧੂਰੀਆਂ ਨੇ ਮੰਮੀ ਜਿੰਨਾ ਚਿਰ ਭੈਣ ਨਹੀਂ ਖੁਸ਼ ਹੁੰਦੀ, ਜਿਸ ਦਿਨ ਭੈਣ ਖੁਸ਼ ਹੋਊਗੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਉਦੋਂ ਹੀ ਪੂਰੀਆਂ ਹੋਣਗੀਆਂ। ਮੰਮੀ ਤੁਹਾਨੂੰ ਕੀ ਲੱਗਦਾ ਰਾਧਿਕਾ ਦੀਦੀ ਦੀ ਸ਼ਰਤ ਮੰਨੂਗੀ ਕਿ ਨਹੀਂ? ਜਦੋਂ ਸਾਰਿਆਂ ਦੇ ਵਿੱਚ ਜੈਸਮੀਨ ਦੇ ਪੈਰ ਫੜ ਸਕਦੀ ਆ ਤੇ ਇਹ ਗੱਲ ਕਦੇ ਨਹੀਂ ਮੰਨ ਸਕਦੀ। ਗੱਲ ਤਾਂ ਮੈਂ ਤੁਹਾਡੇ ਦੋਨਾਂ ਦੀ ਠੀਕ ਹੈ, ਪਰ ਮੈਨੂੰ ਪਹਿਲੇ ਪਤਾ ਹੁੰਦਾ ਨਾ ਤੁਸੀਂ ਦੋਨਾਂ ਨੇ ਆਹ ਚਾਲਾਂ ਚੱਲਣੀਆਂ ਤੇ ਮੈਂ ਇੱਥੇ ਕਦੇ ਨਾ ਆਉਂਦੀ। ਉਹ ਕਮਲੀਏ ਟਿਕ ਕੇ ਬਹਿ ਜਾ, ਮੁੰਡਾ ਤੇਰੇ ਕੋਲ 10-15 ਦਿਨ ਦਾ ਤੇਰੇ ਕੋਲ ਹੀ ਹੈ ਨਾ, ਤਾਂ ਟਿਕਣ ਵੀ ਲੱਗ ਗਿਆ, ਜੇ ਹੋਰ ਥੋੜ੍ਹੇ ਦਿਨ ਰਿਹਾ ਉਹਨੇ ਆਪਣੇ ਆਪ ਹੀ ਭੁੱਲ ਜਾਣਾ ਰਾਧਿਕਾ ਨੂੰ। ਮੰਮੀ ਮੈਂ ਇੱਕ ਗੱਲ ਸੋਚ ਲਈ, ਜਵਾਕ ਭਾਵੇਂ ਮੇਰੇ ਕੋਲ ਰਹੇ ਜਾਂ ਉਹਦੇ ਕੋਲ, ਪਰ ਮੈਂ ਲੱਡੂ ਦਾਵਾਂ ਉਹਦੇ 'ਚ ਨਹੀਂ ਪੈਣ ਦੇਣਾ। ਫਿਲਹਾਲ ਤੂੰ ਮਿੱਠੀ ਪਿਆਰੀ ਹੋਈ ਜਾ, ਜਦ ਤੱਕ ਇਹਦਾ ਰਿਸ਼ਤਾ ਨਹੀਂ ਹੁੰਦਾ ਤੇ ਬਾਅਦ ਵਿੱਚ ਆਪੇ ਦੇਖ ਲਾਂਗੇ। ਹਾਂ ਭੈਣੇ, ਇੱਕ ਵਾਰ ਮੇਰਾ ਰਿਸ਼ਤਾ ਹੋ ਲੈਂਦੇ ਤੈਨੂੰ ਆਪ ਤੇਰੇ ਸਹੁਰੇ ਛੱਡ ਕੇ ਆਊਂਗਾ ਇੱਜ਼ਤ ਮਾਣ ਨਾਲ। ਉਹ ਬਸ ਕਰ ਭਰਾਵਾ, ਆਪਦੇ ਸਹੁਰੇ ਮੈਂ ਆਪੇ ਚਲੇ ਜਾਵਾਂਗੀ, ਬਸ ਤੂੰ ਆਪਣਾ ਧਿਆਨ ਰੱਖ, ਜਿਹਨੂੰ ਵਿਆਹ ਕੇ ਲਿਆਏਗਾ ਉਹਨੂੰ ਸੁਖੀ ਰੱਖੀ। ਭੈਣੇ ਤੂੰ ਟੈਨਸ਼ਨ ਨਾ ਲੈ, ਆਪਾਂ ਕੋਈ ਲਾਂਬਾ ਆਣ ਹੀ ਨਹੀਂ ਦੇਣਾ, ਪੂਰੀ ਇੱਜ਼ਤ ਬਣਾ ਕੇ ਰੱਖੂੰਗਾ ਤੇਰੇ ਸਹੁਰਿਆਂ 'ਚ। ਵਿਆਹ ਤਾਂ ਤੂੰ ਕਰਾ ਲਏਗਾ,
ਮੈਨੂੰ ਇੱਕ ਗੱਲ ਦੱਸ, ਉਹਨੂੰ ਖਵਾਏ ਪਿਆਏਗਾ ਕੀ ਕਿ ਦਾਸ ਤੇ ਨਿਗਾਹ ਰੱਖੀ ਹੋਈ ਹੈ? ਭੈਣੇ ਮੇਰੇ ਨਾ ਇੱਥੇ ਯਾਰ ਦੋ ਦੀ ਦੁਕਾਨ ਹੈਗੀ ਆ, ਉਹ ਮੈਨੂੰ ਕਹਿੰਦਾ ਵੀ ਮੇਰਾ ਕੰਮ ਸ਼ੁਰੂ ਕਰਨਾ, ਉਹ 'ਚ ਹਿੱਸਾ ਪਾ, ਅਸੀਂ ਉਹੀ ਕੰਮ ਦੋਨਾਂ ਨੇ ਰਲ ਕੇ ਕਰਨਾ। ਸਹੀ ਗੱਲ ਦੱਸਾਂ ਜੈਸਮੀਨ, ਜਦੋਂ ਦੀ ਤੂੰ ਰਾਧਿਕਾ ਨਾਲ ਗੱਲ ਕੀਤੀ ਆ ਨਾ, ਮੈਂ ਤਾਂ ਇਹੀ ਸੋਚੀ ਜਾਂਦੀ ਹਾਂ ਕਦੋਂ ਇਹਦੇ ਸਿਹਰਾ ਵੱਜੂਗਾ ਅਤੇ ਕਦੋਂ ਮੈਂ ਇਹਦਾ ਪਾਣੀ ਵਾਰ ਕੇ ਪੀਊਂਗੀ ਅਤੇ ਤੂੰ ਘੋੜੀ ਨੂੰ ਦਾਲ ਖਿਲਾਏਂਗੀ। ਜਦੋਂ ਤੱਕ ਮੈਂ ਰਾਧਿਕਾ ਨੂੰ ਜਾਣਦੀ ਹਾਂ ਨਾ, ਉਹ ਲੱਡੂ ਪਿੱਛੇ ਕੁਛ ਵੀ ਕਰ ਸਕਦੀ ਹੈ, ਤੁਸੀਂ ਬਸ ਹੁਣ ਵਿਆਹ ਦੀਆਂ ਤਿਆਰੀਆਂ ਕਰੋ। ਮੰਮੀ ਭੈਣ ਤੈਨੂੰ ਹੁਣ ਇਹ ਗੱਲ ਸੁਣ ਕੇ ਨਾ ਮੈਨੂੰ ਤਸੱਲੀ ਹੋ ਗਈ ਕਿ ਹੁਣ ਮੇਰਾ ਘਰ ਬਚ ਜਾਏਗਾ। ਅੱਜ ਮੈਂ ਇੰਨਾ ਖੁਸ਼ ਹਾਂ ਨਾ, ਮੈਂ ਤੇਰੀ ਫੇਵਰੇਟ ਮਿਠਾਈ ਮਿਲਕ ਕੇਕ ਲੈ ਕੇ ਆਵਾਂ ਤੇਰੇ ਵਾਸਤੇ। ਭਰਾ ਦੇ ਵਿਆਹ ਦੇ ਚੱਕਰ 'ਚ ਮੈਂ ਰਾਧਿਕਾ ਨਾਲ ਗਲਤ ਤਾਂ ਨਹੀਂ ਕਰ ਰਹੀ? ਭੈਣੇ ਹਾਂ ਪ੍ਰਿੰਸ, ਇੰਨਾ ਘਬਰਾਇਆ ਹੋਇਆ ਕਿਉਂ ਹੈ? ਭੈਣੇ ਮੈਨੂੰ ਜੀਜਾ ਜੀ 'ਤੇ ਆਹ ਉਮੀਦ ਨਹੀਂ ਸੀ। ਡਿਵੋਰਸ ਪੇਪਰ